ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਿਜ਼ਕ ਜਿਹੜਾ ਨਾ ਔਰਤ ਦੇ ਨਸੀਬ ਦਾ ਹੁੰਦਾ ਹੈ ਅਤੇ ਔਲਾਦ ਜਿਹੜਾ ਉਹ ਬੰਦੇ ਦੇ ਨਸੀਬ ਦੀ ਹੁੰਦੀ ਹੈ। ਅਤੇ ਮੇਰੇ ਹਿਸਾਬ ਨਾਲ ਜਿਹੜਾ ਨਾ ਇੱਕ ਔਰਤ ਨਾਲ ਹੁਣ ਗੁਜ਼ਾਰਾ ਕੋਈ ਨਹੀਂ, ਜਿੰਨੀ ਮਹਿੰਗਾਈ ਹੈ ਕੋਈ ਤਿੰਨ ਤਿੰਨ ਚਾਰ ਚਾਰ ਸ਼ਾਦੀਆਂ ਕਰਨੀਆਂ ਚਾਹੀਦੀਆਂ ਨੇ, ਤੁਸੀਂ ਕੀ ਆਖੋਗੇ? ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਨਾ? ਮੈਂ ਤੁਹਾਡਾ ਵੀਰ ਕੈਪੀ ਘੁੰਮਣ। ਅੱਛਾ ਦੋਸਤੋ, ਤੁਸੀਂ ਜਿਹੜਾ ਨਾ ਉਹ ਮਿਹਰਬਾਨੀ ਕਰੋ ਮੇਰੇ ਚੈਨਲ ਨੂੰ ਸਪੋਰਟ ਕਰੋ, ਕਿਉਂਕਿ ਮੇਰੇ ਚੈਨਲ ਕੋਲ ਤਾਂ ਤੁਸੀਂ ਇੰਝ ਦੂਰ ਨਾਸਦੇ ਹੋ ਕਿ ਜਿਵੇਂ ਡੀਜ਼ਲ ਪੈਟਰੋਲ ਜਿਹੜਾ ਨਾ ਉਹ ਪਾਕਿਸਤਾਨ ਦੇ ਵਿੱਚ ਮੈਂ ਮਹਿੰਗਾ ਕਰ ਰਿਹਾ। ਅਤੇ ਅੱਜ ਜਿਹੜਾ ਨਾ ਇੱਕ ਹੋਰ ਵਿਲਾਗ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ। ਉਮੀਦ ਕਰਦੇ ਹਾਂ ਦੋਸਤਾਂ ਨੂੰ ਜਿਹੜਾ ਨਾ ਇਹ ਵਿਲਾਗ ਅੱਛਾ ਲੱਗੇਗਾ, ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਿਲਾਗ। ਅੱਛਾ ਦੋਸਤੋ ਜੀ, ਇਹ ਵੇਖੋ ਜੀ, ਇਹ ਹਾਲ ਹੈ ਬੰਦਿਆਂ ਦਾ। ਇਹ ਪੱਠੇ ਵੇਖੋ ਵੱਡੇ, ਹੈਂ ਕਿਤੇ ਖਿਲਾਰੇ ਅਤੇ ਕਿਤੇ ਜਿਹੜੇ ਨਾ ਵੱਢ ਛੜੇ ਨੇ, ਕੋਈ ਟੱਕ ਦਾ ਹਿਸਾਬ ਕਿਤਾਬ ਨਹੀਂ। ਅੱਜ ਜਿਹੜਾ ਨਾ ਐਤਵਾਰ ਸੀ, ਛੁੱਟੀ ਸੀ ਡਿਊਟੀ ਤੋਂ, ਅਤੇ ਮੈਂ ਜਿਹੜਾ ਨਾ ਇਹਨੂੰ ਨਾਲ ਲੈ ਕੇ ਆਇਆ। ਇਹ ਵੇਖ ਲਓ ਜੰਤਰ ਵਿੱਚ ਉਵੇਂ ਹੀ ਖਲੋਤਾ। ਮੈਂ ਇਹਨੂੰ ਆਖਿਆ ਕਿ ਜਿਹੜਾ ਨਾ ਉਹ ਜੰਤਰ ਤੂੰ ਵੱਢ, ਮੈਂ ਤੇਰੇ ਨਾਲ ਖਲੋਨਾ ਅਤੇ ਤੂੰ ਜਿਹੜਾ ਨਾ ਕੰਮ ਕਰ, ਉਂਝ ਤੂੰ ਨਹੀਂ ਕਰਨਾ ਹੈ। ਸਿਰ ਵੇਖੋ ਇਹਨੇ ਦੌਰਾ ਕੱਢਿਆ, ਪੈਟਰੋਲ ਇੰਨਾ ਮਹਿੰਗਾ ਅਤੇ ਜਿਹੜਾ ਨਾ ਪੱਠੇ ਜ਼ਾਇਆ ਕਰੀ ਆਉਣ ਡਿਆ। ਇੱਥੇ ਪਾਣੀ ਸੌਖੇ ਲੱਗਦੇ ਨੇ, ਅਤੇ ਇਹ ਇਹਦੇ ਕੋਲ ਜੰਤਰ ਵਢਾਉਂਦੇ ਹਾਂ ਅੱਜ ਦੋਸਤੋ। ਵੇਖੋ ਅੱਜ ਤੁਹਾਡੇ ਨਾਲ ਸ਼ੇਅਰ ਕਰਨੇ ਆ। ਹਾਂਜੀ ਜਨਾਬ, ਜੰਤਰ ਕਿਉਂ ਨਹੀਂ ਸੋ ਵੱਢ ਦੇ ਵਿੱਚੋਂ? ਵਡਿੰਦਾ ਸੀ ਕੁਹਾੜੀ ਨਾਲ, ਦਾਤਰੀ ਨਾਲ। ਦਾਤਰੀ ਨਾਲ ਨਹੀਂ ਤਾਂ ਮੈਂ ਮੈਨੂੰ ਝੂਣ ਜ਼ਹਿਨ 'ਚ ਆ ਗਿਆ ਵੀ ਚਲੋ ਕੁਹਾੜੀ ਨਾਲ ਵੱਢ ਲਈਏ, ਅਤੇ ਤੇਰੇ ਜ਼ਹਿਨ 'ਚ ਨਹੀਂ ਆਇਆ ਸ਼ਾਬਾ ਵਢਾਉਣੀ, ਮਤ ਮਾਰੋ ਵੱਢੋ ਇਹਨੂੰ ਮੁਕਾਓ। ਇਹ ਜਿਹੜਾ ਪੱਠਿਆਂ ਦੇ ਉੱਤੇ ਖਲੋ ਰਹੇ ਆ, ਇਹ 10-20 ਬੂਟੇ ਵਿੱਚ ਖਿਲਾਰ ਛੜੇ ਨਹੀਂ। ਇਹ ਹਾਲ ਹੈ ਜੀ, ਬੂਟਾ ਜੰਤਰ ਦਾ ਨਹੀਂ ਵੱਢਿਆ ਜਾਂਦਾ। ਉਹ ਡੀਜ਼ਲ ਦਾ ਜਿਹੜਾ ਟੂਲ ਚਲਾਉਣ ਲਈ ਮੈਂ ਮੁੱਲ ਲੈਂਦਾ, ਤਾਂ ਤੂੰ ਕਾਹਤੋਂ ਖਤਮ ਹੋ ਗਿਆ ਹੈਂ? ਇਹ ਹਾਲ ਹੈ ਜੀ ਬੰਦਿਆਂ ਦਾ, ਜੰਤਰ ਦਾ ਬੂਟਾ ਨਹੀਂ ਵੱਢਿਆ ਜਾਣ ਡਿਆ ਜੀ ਨੌਜਵਾਨ ਕੋਲੋਂ। ਦੋਸਤੋ ਇਹ ਵੇਖੋ, ਇਹ ਹਾਲ ਹੈ। ਇਹ ਵੇਖੋ ਜੀ, ਜੰਤਰ ਵੀ ਮਾਸ਼ਾਅੱਲਾ ਬਹੁਤ ਵੱਡਾ ਹੈ, ਕੋਠੇ ਕੋਠੇ ਜਿੱਡਾ ਤਾਂ ਹੋਇਆ, ਲੇਕਿਨ ਇਹ ਕਿ ਬੰਦੇ ਵੀ ਖਤਮ ਹੋ ਗਏ ਨੇ। ਇਹ ਵੇਖੋ ਇਹ ਹਾਲ ਜੀ, ਉਹ ਕੁਹਾੜੀ ਭੈੜੀ ਹੈ ਕਿ ਤੇਰਾ ਬੇੜਾ ਰੁੜਿਆ। ਇਹ ਵੇਖੋ ਜੀ, ਕਮਾਈ ਇਹਦੀ ਚੈੱਕ ਕਰ ਲਓ। ਇਹਨੂੰ ਦਾਤਰੀ ਨਾਲ ਇਹਦੇ ਜ਼ਿਹਨ 'ਚ ਨਹੀਂ ਆਇਆ ਵੀ ਇਹ ਜੰਤਰ ਕੁਹਾੜੀ ਨਾਲ ਵੱਢ ਲਾਂ, ਦਾਤਰੀ ਇੱਥੇ ਕਿੱਥੇ ਚ। ਇਹ ਵੇਖੋ ਜੀ, ਪੱਠੇ ਸਾਫ਼ ਹੋਏ ਨੇ ਕਿ ਨਹੀਂ? ਹੈਂ, ਪੱਠਿਆਂ 'ਤੇ ਛੋਰਾ ਕੀਤਾ ਸੀ, ਇਹ ਫਲੀਆਂ ਇਹਦੀਆਂ ਸੁੱਕ ਚੱਲੀਆਂ ਸਨ, ਇਹ ਕਿਸੇ ਖਾਤੇ ਦਾ ਨਹੀਂ। ਚਲੋ ਤੂੰ ਪਾਂਦ ਪੂੰਦ ਲਾ ਲੂ ਕੇ ਅਤੇ ਲੋਪਰ ਕੇ ਅਤੇ ਜਿਹੜਾ ਨਾ ਉਹ ਕੁੱਤਰ ਕੇ ਡੰਗਰਾਂ ਨੂੰ ਪਾਉਂਦੇ ਹਾਂ, ਹੈਂ ਜਾਂ ਬੱਕਰੀਆਂ ਜਿਹੜਾ ਉਹਨਾਂ ਨੂੰ ਖਵਾ ਕੇ ਵੇਖਾਂਗੇ ਜੇ ਚਾਸ ਕਰਨਗੀਆਂ ਤਾਂ, ਕਿਉਂਕਿ ਫਲੀ ਹੁਣ ਜਿਹੜਾ ਸੁੱਕੀ ਹੈ ਬੱਕਰੀਆਂ ਸ਼ਾਇਦ ਨਾ ਮਜ਼ੇ ਨਾਲ ਖਾਣ। ਥੋੜ੍ਹੀ ਜਿਹੀ ਕੱਚੀ ਫਲੀ ਹੁੰਦੀ ਤਾਂ ਫਿਰ ਤਾਂ ਬੱਕਰੀਆਂ ਚਾਸ ਕਰਨੀ ਸੀ। ਅਤੇ ਇਹ ਹਾਲ ਹੈ ਜੀ ਆਵਾਮ ਦਾ, ਫਜ਼ੂਲ ਖਰਚੀ ਆ ਪਾਕਿਸਤਾਨ ਦੇ ਵਿੱਚ। ਫਿਰ ਆਉਂਦੇ ਨੇ ਜੀ ਮਹਿੰਗਾਈ ਹੋਈ ਪਈ ਹੈ। ਇਹ ਵੇਖੋ ਉਹ ਮਾਰ ਲੈ ਟੁੱਕਾ, ਖੁਦਾ ਦਾ ਵਾਸਤਾ ਹੀ ਵੱਢ ਲੈ ਇੱਥੇ ਧੁੱਪੇ, ਮੈਨੂੰ ਵੀ ਖਿਲਾਰ ਛਿੜਿਆ ਅੱਜ ਦੁਪਹਿਰੇ। ਇੱਧਰ ਕਿਉਂ ਬੈਠੀ ਹੋਈ ਹੋ? ਇਹ ਚਾਰ ਪਾਈ ਨਹੀਂ ਹੈ ਆਪਕੇ ਬੈਠਨੇ ਕੇ ਲਈ, ਇੱਧਰ ਬੱਚੇ ਪੇ ਬੈਠ ਗਈ ਹੋ? ਇਹ ਅੱਛੇ ਲੱਗਦੇ ਹੈ, ਵੀ ਸੀਟ ਸੀ ਹੈ, ਬਿਊਟੀਫੁਲ ਹੈ। ਇਹ ਸੀਟ ਬਿਊਟੀਫੁਲ ਹੈ? ਹਾਂ। ਇਹ ਬੱਚਾ ਆਪਕੀ ਸੀਟ ਹੈ? ਹਾਂ। ਇਹ ਦੇਖੋ ਜੀ ਬੱਚੋਂ ਕਾ ਹਾਲ ਦੇਖੋ ਦੋਸਤੋ, ਇੱਧਰ ਵੇਖੋ ਜੀ, ਇਹ ਵੇਖੋ ਇਹਦਾ ਵਾਸਲ ਹੈ ਤੇ ਸ਼ਲਵਾਰ ਲਾ ਛੜੇ, ਮੰਜੀ ਭੰਨੀ ਸੂ ਉੱਤੇ ਲੰਮਾ ਪੈ ਰਿਹਾ, ਇੰਝ ਜਿਵੇਂ ਸਾਰਾ ਰਾਤ ਇਹਨੇ ਪਾਣੀ ਲਾਇਆ ਰੱਖਿਆ। ਟੋਟਲ ਮੇਰੇ ਤਰ੍ਹਾਂ ਵਿਹਲਾ, ਕੋਈ ਦੁਨੀਆ ਜਾਣਦਾ ਇਹਨੂੰ ਕੰਮ ਨਹੀਂ, ਸਿਰਫ ਇਹਨੂੰ ਇੱਕੋ ਹੀ ਜਿਹੜਾ ਨਾ ਪਰੇਸ਼ਾਨੀ ਤੋਂ ਨੀਂਦਰ ਬਹੁਤੀ ਆਉਂਦੀ ਹੈ ਕਿ ਜਿਹੜਾ ਨਾ ਪੈਟਰੋਲ ਜਿਹੜਾ ਨਾ ਦੂਜੇ ਚੌਥੇ ਵੱਧ ਜਾਂਦਾ। ਇਹ ਹਾਲ ਵੇਖ ਲਓ, ਬਿਲਕੁਲ ਟੁੱਟੀ ਮੰਜੀ ਦੇ ਉੱਤੇ ਜਿਹੜਾ ਨਾ ਉਹ, ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਸ਼ਲਵਾਰ ਪਾਈ ਕਿਉਂ ਸੂ, ਜਿਹੜਾ ਇਹਦਾ ਇਹ ਜਿਹੜਾ ਕੰਮ ਇਹਨੇ ਕੀਤਾ ਹੈ, ਇਹਦੇ ਨਾਲ ਤਾਂ ਲਾਹ ਹੀ ਛੱਡਦਾ। ਅੱਛਾ ਜੀ, ਅੱਜ ਦਾ ਵਿਲਾਗ ਇੱਥੇ ਖਤਮ ਕਰਨਾ। ਉਮੀਦ ਕਰਨਾ ਸਾਰੇ ਦੋਸਤਾਂ ਨੂੰ ਵਿਲਾਗ ਪਸੰਦ ਆਇਆ ਹੋਗਾ। ਜ਼ਿਆਦਾ ਲੰਬਾ ਵਿਲਾਗ ਨਹੀਂ ਬਣਾ ਸਕਦੇ ਕਿਉਂਕਿ ਅੱਜ ਕਿਸੇ ਕੋਲ ਵੀ ਟਾਈਮ ਕੋਈ ਨਹੀਂ, ਅਤੇ ਜ਼ਿਆਦਾ ਲੰਬੀ ਵੀਡੀਓ ਕੋਈ ਵੇਖਦਾ ਵੀ ਨਹੀਂ, ਅਤੇ ਨਾ ਅਸੀਂ ਐਡੇ ਸੁਪਰ ਸਟਾਰ ਹਾਂ ਕਿ ਬਹੁਤ ਜ਼ਿਆਦਾ ਲੰਬੀ ਵੀਡੀਓ ਕੋਈ ਸਾਡੀ ਵੇਖੇ। ਅਤੇ ਇਨਸ਼ਾਅੱਲਾ ਅਗਲੇ ਵਿਲਾਗ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।